ਹੈਲੋ ਦੋਸਤੋ ਇਹ ਹੈ ਮੇਰਾ ਵੀਡੀਓਜ਼ ਦਾ ਹੈਲਪ ਡੈਸਕ ਜਦੋਂ ਤੋਂ ਕੱਲ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਤੁਸੀਂ ਆਪਣਾ ਸਮਾਰਟ ਰਾਸ਼ਨ ਕਾਰਡ ਮਤਲਬ ਕਿ ਜੋ ਨਵੇਂ ਰਾਸ਼ਨ ਕਾਰਡ ਬਣ ਰਹੇ ਹਨ ਤੁਸੀਂ ਉਹਨਾਂ ਨੂੰ ਨੈਟ ਦੇ ਉੱਤੇ ਕਿਵੇਂ ਡਾਊਨਲੋਡ ਕਰ ਸਕਦੇ ਹੋ ਦੋਸਤੋ ਜੇਕਰ ਤੁਸੀਂ ਉਹ ਵੀਡੀਓ ਦੇਖੀ ਸੀ ਤਾਂ ਠੀਕ ਹੈ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਸੀ ਤਾਂ ਉਸ ਦਾ ਡਾਇਰੈਕਟ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਉਸ ਲਿੰਕ ਦੇ ਉੱਤੇ ਕਲਿੱਕ ਕਰਕੇ ਇਹ ਪੁਰਾਣੀ ਵਾਲੀ ਵੀਡੀਓ ਦੇਖ ਸਕਦੇ ਹੋ ਤੇ ਦੋਸਤੋ ਅੱਜ ਦੇ ਇਸ ਚੈਪਟਰ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਣੇ ਰਾਸ਼ਨ ਕਾਰਡ ਦੇ ਉੱਤੇ ਆਪਾਂ ਨੂੰ ਕਿੰਨਾ ਉਹੋ ਆਪਾਂ ਨੇ ਕਿਵੇਂ ਚੈੱਕ ਕਰਨਾ ਦੋਸਤੋ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਆਪਣੇ Google ਤੇ ਚਲੇ ਜਾਣਾ ਦੋਸਤੋ ਚਾਹੇ ਤੁਸੀਂ ਮੋਬਾਈਲ ਤੇ ਹੋ ਚਾਹੇ ਤੁਸੀਂ ਲੈਪਟਾਪ ਤੇ ਹੋ ਚਾਹੇ ਤੁਸੀਂ ਕੰਪਿਊਟਰ ਤੇ ਹੋ ਦੋਸਤੋ ਤੁਸੀਂ Google ਦੇ ਉੱਤੇ ਜਾ ਕੇ ਇੱਥੇ ਭਰ ਦੇਣਾ A E P D S A E P D S ਦੋਸਤੋ ਜਿਵੇਂ ਤੁਸੀਂ A E P D S ਦੀ ਸਾਈਟ ਤੇ ਜਾਓਗੇ ਤਾਂ ਦੇਖੋ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਲਿੰਕ ਤੁਹਾਨੂੰ ਨਜ਼ਰ ਆਏਗਾ A E P D S ਦੋਸਤੋ ਇਹ ਇੱਕ ਸ਼ਾਰਟ ਫਾਰਮ ਹੈ ਮੈਂ ਤੁਹਾਨੂੰ ਹੁਣ ਇਹਦੀ ਫੁੱਲ ਫਾਰਮ ਵੀ ਦਿਖਾਣਾ ਦੇਖੋ ਦੋਸਤੋ ਆਪਾਂ ਇਹ ਜੋ ਲਿੰਕ ਆਪਣੇ ਸਾਹਮਣੇ ਸ਼ੋ ਹੋਇਆ ਏਪੀਡੀਐਸ ਪੰਜਾਬ ਆਪਾਂ ਨੇ ਇਸ ਦੇ ਉੱਤੇ ਕਲਿੱਕ ਕਰ ਲੈਣਾ ਤੇ ਕਲਿੱਕ ਕਰਨ ਤੋਂ ਬਾਅਦ ਦੇਖੋ ਦੋਸਤੋ ਇਸ ਤਰ੍ਹਾਂ ਦੀ ਸਰਕਾਰੀ ਸਾਈਟ ਓਪਨ ਹੋਏਗੀ ਦੋਸਤੋ ਇਹ ਫੂਡ ਸਪਲਾਈ ਦੀ ਸਰਕਾਰੀ ਸਾਈਟ ਹੈ ਤੇ ਏਪੀਡੀਐਸ ਦਾ ਮਤਲਬ ਹੁੰਦਾ ਹੈ ਆਧਾਰ ਅਨੇਬਲ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇਖੋ ਦੋਸਤੋ ਸਭ ਤੋਂ ਉੱਪਰ ਇਹਨਾਂ ਨੇ ਦਿੱਤਾ ਵੀ ਹੋਇਆ ਤਾਂ ਇਸ ਤੋਂ ਬਾਅਦ ਦੋਸਤੋ ਜਦੋਂ ਇਸ ਤਰ੍ਹਾਂ ਦੀ ਸਾਈਟ ਤੁਹਾਡੇ ਸਾਹਮਣੇ ਸ਼ੋ ਹੋ ਗਈ ਤਾਂ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹ ਦੇਖੋ ਇੱਧਰਲੇ ਪਾਸੇ ਰਿਪੋਰਟ ਦੀ ਤੁਹਾਨੂੰ ਇਹ ਰਿਪੋਰਟ ਵਾਲਾ ਤੁਹਾਨੂੰ ਕਾਲਮ ਨਜ਼ਰ ਆਏਗਾ ਇਹ ਦੇਖੋ ਦੋਸਤੋ ਇੱਥੇ ਤੇ ਰਿਪੋਰਟ ਦੇ ਵਿੱਚ ਦੋਸਤੋ ਤੁਹਾਨੂੰ ਬਹੁਤ ਸਾਰੇ ਲਿੰਕ ਨਜ਼ਰ ਆਣਗੇ ਜਿਸ ਦੇ ਵਿੱਚੋਂ ਦੇਖੋ ਜੋ ਤੀਸਰਾ ਲਿੰਕ ਹੈ ਇਹ ਦੇਖੋ ਦੋਸਤੋ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਜੋ ਤੀਸਰਾ ਲਿੰਕ ਹੈ ਇਹ ਦੇਖੋ ਇੱਥੇ ਜੋ ਤੀਸਰਾ ਲਿੰਕ ਹੈ ਦੋਸਤੋ ਤੀਸਰਾ ਲਿੰਕ ਹੈ ਬੈਨੀਫਿਸ਼ੀਰੀ ਡਿਟੇਲ ਤੁਸੀਂ ਇਸ ਡਿਟੇਲ ਦੇ ਉੱਤੇ ਕਲਿੱਕ ਕਰ ਲੈਣਾ ਤੁਸੀਂ ਜਿਵੇਂ ਤੁਸੀਂ ਕਲਿੱਕ ਕਰੋਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਕਹੇਗਾ ਕਿ ਤੁਸੀਂ ਆਪਣਾ ਜੋ ਰਾਸ਼ਨ ਕਾਰਡ ਦਾ ਨੰਬਰ ਹੈ ਮਤਲਬ ਕਿ ਜੋ ਸਮਾਰਟ ਰਾਸ਼ਨ ਕਾਰਡ ਦਾ ਨੰਬਰ ਹੈ ਉਹ ਆਪਣਾ ਇੱਥੇ ਫਿਲ ਕਰੋ ਦੋਸਤੋ ਤੁਸੀਂ ਆਪਣਾ ਜੋ ਸਮਾਰਟ ਰਾਸ਼ਨ ਕਾਰਡ ਦਾ ਨੰਬਰ ਸਟਾਰਟ ਹੁੰਦਾ ਹੈ ਇਹ 03 ਤੋਂ ਸਟਾਰਟ ਹੁੰਦਾ ਹੈ 030000 ਮਤਲਬ ਕਿ ਇਸ ਤਰ੍ਹਾਂ ਤੁਹਾਡਾ ਸਮਾਰਟ ਰਾਸ਼ਨ ਕਾਰਡ ਦਾ ਨੰਬਰ ਸਟਾਰਟ ਹੋਏਗਾ ਤੇ ਦੋਸਤੋ ਦੇਖੋ ਮੈਂ ਇੱਕ ਰਾਸ਼ਨ ਕਾਰਡ ਨੰਬਰ ਭਰ ਕੇ ਤੁਹਾਨੂੰ ਸਰਚ ਕਰਕੇ ਵੀ ਦਿਖਾਣਾ ਦੇਖੋ ਜਿਵੇਂ ਮੈਂ সাবਮਿਟ ਦੇ ਉੱਤੇ ਕਲਿੱਕ ਕਰਾਂਗਾ ਤਾਂ ਦੋਸਤੋ ਇਹਨਾਂ ਦੇ ਘਰ ਦੇ ਵਿੱਚ ਦੇਖੋ ਦੋਸਤੋ ਇਹ ਜੋ ਆਪਾਂ ਨੇ ਆਧਾਰ ਕਾਰਡ ਦਾ ਨੰਬਰ ਸਰਚ ਕੀਤਾ ਤਾਂ ਇਸ ਦੇ ਵਿੱਚ ਆਪਾਂ ਨੂੰ ਦਿਖਾਤਾ ਕਿ ਇਸ ਦੇ ਵਿੱਚ ਟੋਟਲ ਕਿੰਨੇ ਮੈਂਬਰ ਹਨ ਮਤਲਬ ਕਿ ਇਹ ਜੋ ਰਾਸ਼ਨ ਕੜਾ ਇਸ ਦੇ ਵਿੱਚ ਟੋਟਲ ਕਿੰਨੇ ਮੈਂਬਰ ਹਨ ਜਿਵੇਂ ਇਹ ਦੇਖੋ ਲਿਖਿਆ ਹੋਇਆ ਇਸ ਦੇ ਵਿੱਚ ਟੋਟਲ 5 ਮੈਂਬਰ ਹਨ ਕਿਹੜੇ ਕਿਹੜੇ ਮੈਂਬਰ ਹਨ ਉਹ ਵੀ ਇਹਨਾਂ ਨੇ ਦਿੱਤਾ ਹੋਇਆ ਹੈ ਕਿੰਨੇ ਫੀਮੇਲ ਤੇ ਕਿੰਨੇ ਮੇਲ ਹਨ ਉਹ ਵੀ ਇਹਨਾਂ ਨੇ ਦੱਸਿਆ ਹੋਇਆ ਇਹਨਾਂ ਦੀਆਂ ਉਮਰਾਂ ਦਸੀਆਂ ਹੋਈਆਂ ਨੇ ਤੇ ਬਾਕੀ ਇਹਨਾਂ ਨੇ ਜੋ ਵੀ ਸਟੇਟਸ ਵਗੈਰਾ ਉਹ ਦੱਸਿਆ ਹੋਇਆ ਤੇ ਦੋਸਤੋ ਦੇਖੋ ਇਸ ਤੋਂ ਬਾਅਦ ਜਿਹੜਾ ਤੁਸੀਂ ਦੂਸਰਾ ਇਹ ਕਾਲਮ ਦੇਖੋਗੇ ਤਾਂ ਇਹਨਾਂ ਨੇ ਇੱਥੇ ਇਹਨਾਂ ਦਾ ਜੋ ਮਤਲਬ ਕਿ ਕਣਕ ਹੈ ਇਹਨਾਂ ਨੂੰ ਕਿੰਨੀ ਕਣਕ ਮਿਲਦੀ ਹੈ ਮਤਲਬ ਕਿ ਇਹਨਾਂ ਨੂੰ ਕਿੰਨੀ ਕਣਕ ਮਿਲੇਗੀ ਦੋਸਤੋ ਉਹ 150 ਕਿਲੋ ਇਹਨਾਂ ਨੂੰ ਕਣਕ ਮਿਲੇਗੀ ਮਤਲਬ ਕਿ 1.5 ਕੁੰਟਲ ਇਹਨਾਂ ਨੂੰ ਕਣਕ ਮਿਲੇਗੀ ਦੋਸਤੋ ਇੱਕ ਕੈਂਡੀਡੇਟ ਨੂੰ ਇਹੀ ਕੋਈ ਤਿੱਕ ਕਿਲੋ ਕਣਕ ਮਿਲਦੀ ਇਹਨਾਂ ਦੇ ਪੰਜ ਮੈਂਬਰ ਨੇ ਤਾਂ ਇਹਨਾਂ ਨੇ ਇੱਥੇ ਲਿਖਿਆ ਹੋਇਆ ਹੈ ਕਿ ਦੇਖੋ ਇਹ ਜੋ ਰਾਸ਼ਨ ਕਾਰਡ ਦਾ ਨੰਬਰ ਹੈ ਇਹ ਨੰਬਰ ਦੇ ਉੱਤੇ ਇਹਨਾਂ ਨੂੰ 150 ਕਿਲੋ ਕਣਕ ਮਿਲੇਗੀ ਤੇ ਦੋਸਤੋ ਇਸ ਤੋਂ ਬਾਅਦ ਜੇਕਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਹੁਣ ਤੱਕ ਤੁਹਾਨੂੰ ਕਿੰਨੀ ਮਤਲਬ ਕਿ ਇਹ ਜੋ ਨਵਾਂ ਰਾਸ਼ਨ ਕਾਰਡ ਜਿੱਦੋਂ ਦਾ ਬਣਿਆ ਉਸ ਦੇ ਉੱਤੇ ਤੁਹਾਨੂੰ ਕਿੰਨੀ ਕਣਕ ਤੇ ਕਿੰਨਾ ਰਾਸ਼ਨ ਮਿਲ ਚੁੱਕਿਆ ਤਾਂ ਦੋਸਤੋ ਦੇਖੋ ਉਸ ਦੀ ਵੀ ਡਿਟੇਲ ਇਹਨਾਂ ਨੇ ਇੱਥੇ ਦਿੱਤੀ ਹੋਈ ਹੈ ਇਹ ਦੇਖੋ ਜਿਵੇਂ ਇਹਨਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਨੂੰ ਦੋਸਤੋ ਦੇਖੋ ਅਪ੍ਰੈਲ ਦੇ ਵਿੱਚ ਮਿਲਿਆ ਸੀ 2020 ਦੇ ਵਿੱਚ ਇਹਨਾਂ ਨੂੰ 5 ਕਿਲੋ ਦਾਲ ਮਿਲੀ ਹੈ ਤੇ 125 ਕਿਲੋ ਇਹਨਾਂ ਨੂੰ ਕਣਕ ਮਿਲੀ ਹੋਈ ਹੈ ਉਸ ਤੋਂ ਬਾਅਦ ਇਹਨਾਂ ਨੂੰ ਦਾਲ ਨਹੀਂ ਮਿਲੀ ਇਹਨਾਂ ਨੂੰ 100 ਇਹਨਾਂ ਨੂੰ ਡੇ ਮਤਲਬ ਕਿ ਡੇਡ ਕੁਆਂਟਲ ਇਹਨਾਂ ਨੂੰ ਪਹਿਲਾਂ ਫਿਰ ਕਣਕ ਮਿਲਿਆ ਤੇ ਉਸ ਤੋਂ ਬਾਅਦ 120 ਕਿਲੋ ਇਹਨਾਂ ਨੂੰ ਮਿਲਿਆ ਹੋਇਆ ਕੋਟਾ ਦੇਖੋ ਦੋਸਤੋ ਤੁਸੀਂ ਇਸ ਤਰ੍ਹਾਂ ਦਾ ਸਾਰਾ ਇੱਥੇ ਦੇਖ ਸਕਦੇ ਹੋ ਜੇਕਰ ਤੁਹਾਨੂੰ 120 ਕਿਲੋ ਮਿਲਦਾ ਤਾਂ ਦੋਸਤੋ ਤੁਸੀਂ ਆਪਣੇ ਰਸ਼ਨ ਜੋ ਵੀ ਤੁਹਾਨੂੰ ਰਸ਼ਨ ਵੰਡਦਾ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਤੁਹਾਡਾ ਜੋ ਕੋਟਾ ਹੈ ਉਹ ਡੇਡ ਕੁਆਂਟਲ ਦਾ ਹੈ ਮਤਲਬ ਕਿ 150 ਕਿਲੋ ਦਾ ਤੁਸੀਂ ਉਹਨਾਂ ਤੋਂ 150 ਕਿਲੋ ਆਪਣਾ ਕੋਟਾ ਪੂਰਾ ਲੈ ਸਕਦੇ ਹੋ ਤਾਂ ਦੋਸਤੋ ਇਹੀ ਸੀ ਇੱਕ ਛੋਟਾ ਜਿਹਾ ਚੈਪਟਰ ਇੱਥੋਂ ਤੁਸੀਂ ਦੇਖ ਵੀ ਸਕਦੇ ਹੋ ਇਹ ਜੋ ਸਾਈਟ ਹੈ ਦੋਸਤੋ ਇਹ ਵਾਲੀ ਜੋ ਸਾਈਟ ਹੈ ਦੋਸਤੋ ਤੁਸਰ ਨੂੰ ਪਤਾ ਲੱਗ ਹੀ ਗਿਆ AEPDS ਪੰਜਾਬ ਤੇ ਦੋਸਤੋ ਇਹੀ ਸੀ ਛੋਟਾ ਜਿਹਾ ਚੈਪਟਰ ਬਾਕੀ ਮਿਲਦੇ ਆਪਾਂ ਬਹੁਤ ਜਲਦ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਤਦ ਤੱਕ ਦੇ ਲਈ